ਕਬচ্চੀ ਸੀ ਤੇ ਉਹਦੀ ਸ਼ਾਦੀ ਹੋਣ ਲਗੀ ਨਾ ਤੇ ਆਪਣੇ ਪਿਓ ਨੂੰ ਆਖ ਲਗੀ ਬਾਬੂਲਾ ਤੇਰੀ ਆਂਗਣ ਦੇ ਵਿੱਚ ਤੇਰੇ ਸੁਹਾਣੇ ਚੰਮਣ ਦੇ ਵਿੱਚ ਮੈਂ ਸਾਰੀ ਜ਼ਿੰਦਗੀ گزار ਕੇ ਟਰ ਚੱਲ ਲਈ ਆ ਤੇ ਮੈਨੂੰ ਜਾਂਦਿਆਂ ਜਾਂਦਿਆਂ ਕੋਈ ਨਸੀਹਤ ਕਰ ਜਿਹੜੀ ਅਗਲੇ ਘਰ ਮੇਰੇ ਕੰਮ ਆਵੇ ਉਹਦਾ ਬਾਪ ਬੱਚੀ ਨੂੰ ਨਸੀਹਤ ਕਰ ਦਿਆ ਉਹਦੇ ਤੀਰਾਂ ਨੇ ਜੀ ਦੋ ਅਗਲੇ ਘਰ ਜਾਵੇ ਤੇ ਇਹ ਗੱਲ ਮੇਰੇ ਜ਼ਿਹਨ ਚ ਰੱਖੀ ਕਿ ਜਿੱਥੇ ਸੁੱਤੇ ਹੋਣ ਉਹਨਾਂ ਦੇ ਕੋਲ ਬਹਿਣਾ ਨਹੀਂ ਤੇ ਜਿੱਥੇ ਜਾਗਦੇ ਹੋਣ ਉਹਨਾਂ ਦੇ ਵਿੱਚ ਸਮਣਾ ਨਹੀਂ ਸੁੱਤਿਆਂ ਦੇ ਵਿੱਚ ਜਾਗਣਾ ਨਹੀਂ ਉਹਨਾਂ ਦੇ ਕੋਲ ਬਹਿਣਾ ਨਹੀਂ ਤੇ ਜਿੱਥੇ ਜਾਗ ਰਹੇ ਹੋ ਉਹਨਾਂ ਦੇ ਵਿੱਚ ਸੌਣਾ ਨਹੀਂ ਉਹਨੇ ਮੁਖ्तसर ਗੱਲ ਤੋਂ ਉਹਨੂੰ ਇਹ ਦੱਸਦਾ ਜਿਵੇਂ ਅੱਜ ਦਾ ਮੋਬਾਈਲ ਟੈਕਨੋਲੋਜੀ ਬੜਾ ਫਾਇਦਾ ਵੀ ਹੈ ਦਾ ਜਿੱਥੇ ਇਹਦੇ ਨੁਕਸਾਨਾਤ ਨੇ ਇਥੇ ਫੁਵਾਇਦ ਵੀ ਇਹਦੇ ਬਹੁਤ ਜ਼ਿਆਦਾ ਨੇ ਮਿਸਾਲ ਦੇ ਤੌਰ ਤੇ ਯੂਨਾਨ ਸਕੰਦਰ ਯੂਨਾਨੀ ਦਾ ਕਿਲਾ ਜਿਹੜਾ ਹੈ ਮੈਂ ਤੇ ਵਖਿਆ ਨਾ ਉੱਥੇ ਇੱਕ ਗੋਰੀ ਆ ਇੰਗਲੈਂਡ ਦੀ ਵਿਜ਼ਿਟ ਕਰਨ ਵਾਸਤੇ ਰਾਤ ਦਾ ਟਾਈਮ ਸੀ ਸ਼ਾਮ ਦਾ ਟਾਈਮ ਉਹ ਬੀਬੀ ਕਿਤੇ ਸੈਰ ਕਰਦੀ ਕਰਦੀ ਦੂਰ ਨਿਕਲ ਗਈ ਉਥੋਂ ਵਿੱਚ ਡਿੱਗ ਪਈ ਇੱਕ ਖਾਈ ਦੇ ਵਿੱਚ ਨਾ ਉਹ ਮੈਂ ਉਹ ਸਾਈਡ ਵੀ ਵੇਖੀ ਹੈ ਉਥੇ ਉਹ ਡਿੱਗ ਪਈ ਵਾਵਾ ਡੂੰਗੀ ਉਹਦੇ ਕੋਲ ਮੋਬਾਈਲ ਸੀ ਉਹਨੇ ਮੋਬਾਈਲ ਕੱਢ ਕੇ ਤੇ ਆਪਣੇ ਜਿਹੜੇ ਉਹਦੇ ਅਜ਼ੀਜ਼ ਸਨ ਉਹਨਾਂ ਨੂੰ ਕਾਲ ਕੀਤੀ ਕਿ ਮੈਂ ਅੱਜ ਫਲਾਣੇ ਫਲਾਣੇ ਪਾਸੇ ਡਿੱਗ ਪਈ ਆ ਚਲੋ ਉਹਨਾਂ ਰੈਸਕਿਊ ਦੇ ਜਿਹੜੇ ادارے ਨੂੰ ਉਹਨਾਂ ਨੂੰ ਕੀਤਾ ਫੋਨ ਉਹ ਮਾਈ ਨੂੰ ਬਾਹਰ ਕੱਢ ਲਿਆ ਗਿਆ ਉਹਨ ਪੁੱਛਿਆ ਕਿ ਮਾਈ ਤੂੰ ਕੀ ਮਹਿਸੂਸ ਕਰ ਰਹੀ ਹੋ ਅੱਖ ਲਗੀ ਮੈਂ ਮਹਿਸੂਸ ਇਹ ਕਰਨੀ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਨੇਮਤ ਜਿਹੜੀ ਉਹ ਮੋਬਾਈਲ ਹੈ ਮੋਬਾਈਲ ਇੱਕ ਬੜੀ ਵੱਡੀ ਨੇਮਤ ਜਿੱਥੇ ਅਸੀਂ ਇਹਨੂੰ ਅਜ਼ਾਬ ਬਣਾ ਲਿਆ ਨਾ ਬੜੀ ਵੱਡੀ ਨੇਮਤ ਵੀ ਫਾਰ ਇਗਜ਼ਾਮਪਲ ਹੈ ਹੁਣ ਗੱਲ ਏ ਇਹ ਤੁਹਾਡੇ ਤੱਕ ਸੁਣਨ ਵਾਲਿਆਂ ਤੱਕ ਲੱਖਾਂ ਕਰੋੜਾਂ ਦੁਨੀਆ ਤੱਕ ਪਹੁੰਚਦੀ ਏ ਐਸੇ ਮੋਬਾਈਲ ਦੇ ਰੈਫਰੈਂਸ ਨਾ ਪਹੁੰਚਦੀ ਏ ਨਾ ਹੁਣ ਗੱਲ ਇਹ ਸੁਣਾਈ ਏ ਕਿ ਜਾਗਦਿਆਂ ਦੇ ਵਿੱਚ ਸੌਣਾ ਨਹੀਂ ਤੇ ਸੁੱਤਿਆਂ ਦੇ ਵਿੱਚ ਜਾਗਣਾ ਨਹੀਂ ਮਿਸਾਲ ਤੌਰ ਤੇ ਸਾਰੇ ਬੈਠੇ ਨੇ ਜਾਗਦੇ ਨੇ ਉਹਨਾਂ ਦੇ ਵਿੱਚ ਮੋਬਾਈਲ ਇਸਤੇਮਾਲ ਕਰਨਾ ਬੈ ਕੇ ਇਹ ਸੌਂਡ ਦੇ ਮਤਰਾਦਿਫ ਮੈਂ ਕਹਿੰਦੀ ਹੁਣ ਮਿਸਾਲ ਇਸ ਤਰ੍ਹਾਂ ਦੇਣਾ ਕਿ ਮਿਸਾਲ ਤੌਰ ਤੇ ਇੱਕ ਸਿਆਣਾ ਦਾ ਨਾ ਬੰਦਾ ਗੱਲ ਕਰਦਾ ਹੁੰਦਾ ਤੁਸੀਂ ਉਹਦੇ ਸਾਹਮਣੇ ਮੋਬਾਈਲ ਦੇ ਵਿੱਚ ਮਗਰ ਨੂੰ ਇਹਦਾ ਮਤਲਬ ਏ ਵੀ ਤੂੰ ਸਾ ਉਸ ਬੰਦੇ ਦੀ ਗੱਲ ਨੂੰ ਕੋਈ ਤਰਜੀਹ ਨਹੀਂ ਦਿੱਤੀ ਉਹਦੀ ਗੱਲ ਦੀ ਕੋਈ ਵੈਲਿਊ ਨਹੀਂ ਤੁਹਾਡੇ ਸਾਹਮਣੇ ਇੰਤਹਾਈ ਬੁਰੀ ਔਰ ਘਟੀਆ ਬਾਤ ਹੈ ਇਸ ਤਰ੍ਹਾਂ ਮਤਲਬ ਇਹ ਛੋਟੀਆਂ ਛੋਟੀਆਂ ਬਾਤਾਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਅੱਜ ਨਾ ਕੋਈ ਇੱਕ ਟਾਪਿਕ ਨਹੀਂ ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਟਾਪਿਕ ਨੇ ਜਿਨ੍ਹਾਂ ਦੇ ਵਿੱਚੋਂ ਲੈਸਨ ਮਿਲਦੇ ਨੇ ਤੁਹਾਨੂੰ ਕੋਈ ਸ਼ੁਗਰ ਦੀ ਗੱਲ ਸੁਣਾਦਾ ਜਿਵੇਂ ਕੋਈ ਪਿੰਡ ਦਾ ਬੰਦਾ ਸੀ ਸ਼ਹਿਰ ਟੁਰ ਗਿਆ ਤੂੜੀ ਲੈ ਕੇ ਸ਼ਹਿਰ ਟੁਰ ਗਿਆ ਤੂੜੀ ਲੈ ਕੇ ਉਹਦੇ ਕੋਲੋਂ ਨਾ ਕਿਸੇ ਅੰਗਰੇਜ਼ ਦਾ ਕੁੱਤਾ ਮਰ ਗਿਆ ਪਹਿਲੇ ਵਕਤਾਂ ਦੀ ਬਾਤ ਕੁੱਤਾ ਮਰ ਗਿਆ ਉਹਨੇ ਬੜਾ ਪਰੇਸ਼ਾਨ ਉਹਨੂੰ ਕਿਹਾ ਦੱਸਿਆ ਕਿ ਤੂੰ ਇਸ ਤਰ੍ਹਾਂ ਕਰਕੇ ਤੂੰ ਨਾ ਕੋਈ ਵਕੀਲ ਕਰ ਲੈ ਇੱਥੇ ਤੇਰੀ ਜਾਨ ਛੁੱਟ ਜਾਏਗੀ ਉਨੇ ਆਖਿਆ ਜੀ ਠੀਕ ਐ ਉਹਨੇ ਵਕੀਲ ਕਰ ਲਿਆ 50 ਰੁਪਈਆ ਦਾ ਵਕੀਲ ਉਹਨੂੰ ਆਂਦੇ ਗੱਲ ਸੁਣ ਤੂੰ ਮੇਰਾ ਮੌਕਲ ਐ ਤੂੰ ਕੋਸ਼ਿਸ਼ ਕਰੀਂ ਕਿ ਅਗਰ ਤੈਨੂੰ ਜੱਜ ਪੁੱਛੇ ਨਾ ਕੋਈ ਵੀ ਗੱਲ ਪੁੱਛੇ ਤੂੰ ਕੋ ਘਰ ਛੜੀਂ ਬੈ ਕੋਈ ਵੀ ਗੱਲ ਪੁੱਛੇ ਤੂੰ ਘਰ ਛੜੀਂ ਕੋ ਬੈ ਤੇ ਉਹ ਜੇ ਅਦਾਲਤ ਦੇ ਵਿੱਚ ਟੁਰ ਗਿਆ ਜੱਜ ਦੇ ਸਾਹਮਣੇ ਖਲੋਤਾ ਜੱਜ ਨੇ ਉਹਨੂੰ ਪੁੱਛਿਆ ਹਾਂ ਜੀ ਤਕੂ ਨੇ ਤੇ ਕਿਵੇਂ ਕਿਵੇਂ ਤੇਰੇ ਕੋਲ ਇਹ ਮਾਮਲਾ ਆਇਆ ਉਹਨੇ ਕੋ ਘਰ ਛੜਿਆ ਜੀ ਬੈ ਉਹ ਜਿਹੜੀ ਵੀ ਗੱਲ ਜੱਜ ਪੁੱਛੇ ਬੈ ਜੱਜ ਆਖਿਆ ਵੀ ਕਿਹੋ ਜਿਹਾ ਹਰਾਮ ਦਾ ਇਹਨੂੰ ਲੈ ਜਾ ਪਰ ਉਹਨੇ ਉਹਨੂੰ ਬਰੀ ਘਰ ਛੜਿਆ ਉਹ ਇਹ ਸਦਾਈਏ ذہنی ਤੌਰ ਤੇ ਨਾ ਕੋ পাগল ਜਾਂ ਮਜਨੂਨ ਬੰਦਾ ਨੂੰ ਫਰਕ ਕਰ ਚੜ ਉਹਨੇ ਉਹਨੂੰ ਬਰੀ ਕਰ ਜਿਹੜਾ ਬਾਹਰ ਨਿਕਲਿਆ ਵਕੀਲ ਨੇ ਉਹਨੂੰ ਆਖਿਆ ਹਾਂ ਬਈ ਫੀਸ ਮੇਰੀ ਉਹਨੇ ਵਕੀਲ ਨੂੰ ਵੀ ਅਗਵਾ ਛੜਿਆ ਬੈ ਉਹਨੇ ਆਖਿਆ ਮੇਰੀ ਫੀਸ ਤੇ ਦੇ ਉਹਨੇ ਕਿਹਾ ਵੀ ਬੈ ਕੁਝ ਲੋਕਾਂ ਦੀ ਆਦਤ ਹੁੰਦੀ ਏ ਇਧਰੋਂ ਗੱਲ ਸੁਣਨੀ ਇਧਰੋਂ ਕੰਨਾਂ ਰੇੜੇ ਮਾਰ ਛੜਨੀ ਗੱਲ ਨੂੰ ਨਾ ਬੈ ਹੀ ਬਣਾ ਛੜਨ ਗੱਲ ਦੀ ਕੋਈ ਵੈਲਿਊ ਤਰਜੀਹ ਨਹੀਂ ਦੇਣੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਬਾਤਾਂ ਨੇ ਨਾ ਕਿਸੇ ਵਕਤ ਦੇ ਵਿੱਚ ਯਾਦ ਆਉਂਦੀਆਂ ਨੇ ਉਮਰ ਦੇ ਕਿਸੇ ਹਿੱਸੇ ਦੇ ਵਿੱਚ ਜਾਗ ਨਾ ਜਦੋਂ ਪ੍ਰੈਕਟੀਕਲ ਕਰਦਾ ਮਿਸਾਲ